ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਦੀਪ ਖੁਰਮੀ ਹਿੰਮਤਪੁਰਾ ਆਪ ਸਭ ਨੂੰ ਪੰਜ ਦਰਿਆ ਦੇ ਸਕਾਟਲੈਂਡ ਸਟੂਡੀਓ 'ਚ ਹਾਰਦਿਕ ਸਵਾਗਤ ਕਹਿੰਦਾ। ਵਿਦੇਸ਼ਾਂ ਦੇ ਵਿੱਚ ਹੁਣ ਅਸੀਂ ਜਿਹੜੀ ਗੱਲ ਜ਼ਿਆਦਾਤਰ ਸੁਣਨ ਨੂੰ ਮਿਲਦੀ ਹੈ ਸਾਨੂੰ, ਉਹ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਖਬਰਾਂ। ਵਿਦਿਆਰਥੀ ਹੋਣਾ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ, ਪਰ ਜਦੋਂ ਅਸੀਂ ਆਪਣੇ ਬਿਹਤਰ ਭਵਿੱਖ ਦੇ ਲਈ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਵਿਦਿਆਰਥੀ ਵਜੋਂ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਸੋਚ ਲੈ ਕੇ ਆਪਣੇ ਭਵਿੱਖ ਨੂੰ ਹੋਰ ਉਜਲਾ ਕਰਨ ਦੇ ਲਈ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ। ਕੰਮ ਦੇ ਨਾਲ ਨਾਲ ਆਪਣਾ ਰਹਿਣ ਸਹਿਣ, ਆਪਣੇ ਰੋਟੀ ਪਾਣੀ ਤੱਕ ਦਾ ਸਾਰਾ ਕੁਛ ਖੁਦ ਨੂੰ ਕਰਨਾ ਪੈਂਦਾ, ਕਿਉਂਕਿ ਉਹ ਬੇਬੇ ਬਹੁਤ ਪਿੱਛੇ ਰਹਿ ਜਾਂਦੀ ਹੈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਤੇ ਜਦੋਂ ਬਗਾਨੀ ਧਰਤੀ ਦੇ ਉੱਤੇ ਜਾ ਕੇ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹੋਣ ਤੇ ਉਹ ਵੀ ਹੋਣ ਦੇਸ਼ ਨਿਕਾਲੇ ਦੀਆਂ, ਤੁਸੀਂ ਦੇਖਿਆ ਹੋਣਾ ਕਿ ਕਿਵੇਂ ਏਜੰਟਾਂ ਵੱਲੋਂ ਗਲਤ ਤਰ੍ਹਾਂ ਦੇ ਪੇਪਰ ਬਣਾ ਕੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਘੱਲ ਤਾਂ ਦਿੱਤਾ, ਪਰ ਉਹਨਾਂ ਦੇ ਸਿਰ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਮੈਂ ਤੁਹਾਨੂੰ ਸਿੱਧੇ ਤੌਰ ਤੇ ਇੱਥੋਂ ਕੈਨੇਡਾ ਦੀ ਧਰਤੀ ਵੱਲ ਧਿਆਨ ਤੁਹਾਡਾ ਲੈ ਕੇ ਜਾਣਾ, ਜਿੱਥੇ ਟੋਰਾਂਟੋ ਵਿਖੇ ਬੱਚਿਆਂ ਦਾ, ਵਿਦਿਆਰਥੀਆਂ ਦਾ, ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਧਰਨਾ ਚੱਲ ਰਿਹਾ ਸੀ। ਉਸ ਧਰਨੇ ਨੂੰ ਹਰ ਕਿਸੇ ਨੇ ਪੁੱਛਿਆ ਕਿ ਕਿਵੇਂ ਉਹ ਬੱਚੇ ਆਪਣਾ ਰੋਣਾ ਰੋ ਰਹੇ ਨੇ ਕਿ ਅਸੀਂ ਨਾ ਉੱਧਰ ਜਾਣ ਜੋਗੇ ਤੇ ਨਾ ਉੱਧਰ ਰਹਿਣ ਜੋਗੇ। ਇਸ ਸਾਰੇ ਕਾਸੇ ਨੂੰ ਇੰਗਲੈਂਡ ਦੀ ਧਰਤੀ ਤੇ ਵੱਸਦੇ ਸਾਬਕਾ ਖਿਡਾਰੀ, ਕੋਚ, ਸਮਾਜ ਸੇਵੀ, ਪੱਤਰਕਾਰ ਤੇ ਬਹੁਤ ਹੀ ਬੀਬੇ ਦਿਲ ਦੇ ਮਾਲਕ, ਸਾਡੇ ਵੱਡੇ ਭਰਾ ਕਹੋ, ਸਾਡੇ ਪਿਓ ਸਮਾਨ ਅਜੈਬ ਸਿੰਘ ਗਰਚਾ ਜੀ, ਉਹ ਇੰਗਲੈਂਡ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਬੱਚਿਆਂ ਦਾ ਦੁੱਖ ਦਰਦ ਜਾਣਨ ਲਈ ਕੈਨੇਡਾ ਗਏ, ਵਾਪਸ ਪਰਤੇ ਨੇ ਤੇ ਉਹਨਾਂ ਪੰਜ ਦਰਿਆ ਦੇ ਨਾਲ ਅਸੀਂ ਉਹਨਾਂ ਦੀ ਸਾਂਝ ਪੁਆ ਕੇ ਖੁਸ਼ੀ ਮਹਿਸੂਸ ਕਰਾਂਗੇ। ਸਾਡੇ ਨਾਲ ਸਮੇਂ ਅਜੈਬ ਸਿੰਘ ਗਰਚਾ ਜੀ ਫੋਨ ਤੇ ਨੇ ਤੇ ਆਓ ਗਰਚਾ ਸਾਹਿਬ ਨੂੰ ਸਵਾਗਤ ਕਹਿੰਦੇ ਹਾਂ। ਗਰਚਾ ਸਾਹਿਬ, ਪੰਜ ਦਰਿਆ ਦੇ ਸਟੂਡੀਓ 'ਚ ਤੁਹਾਨੂੰ ਸਵਾਗਤ ਕਹਿੰਦੇ ਹਾਂ ਜੀ, ਤੇ ਨਾਲ ਹੀ ਜਿਹੜਾ ਤੁਸੀਂ ਇੰਨਾ ਲੰਮਾ ਪੈਂਡਾ ਕੱਢ ਕੇ ਕੈਨੇਡਾ ਜਾ ਕੇ ਆਏ ਹੋ ਉਹਦੇ ਲਈ ਤੁਹਾਡੇ ਧੰਨਵਾਦੀ ਵੀ ਹਾਂ ਕਿ ਤੁਸੀਂ ਉਹਨਾਂ ਬੱਚਿਆਂ ਦਾ ਦੁੱਖ ਸੁਣਨ ਲਈ ਉੱਥੇ ਵਿਸ਼ੇਸ਼ ਤੌਰ ਤੇ ਗਏ। ਧੰਨਵਾਦ ਮਨਜੀਤ ਕੁਰਮੀ ਜੀ, ਤੁਸੀਂ ਜਿਹੜਾ ਮੁਹਾਵਰਾ ਕਿੱਸਿਆ ਨਾ, ਇਹ ਤੁਹਾਡੇ ਦਰਸ਼ਕ ਸ਼ਾਇਦ ਇਸ ਮੁਹਾਵਰੇ ਨੂੰ ਸੁਣ ਲਈ ਚਰੋਕੋ ਤੋਂ ਤਰਸਦੇ ਹੋਣਗੇ। ਉਹ ਬੇਬੇ ਦੂਰ ਰਹਿ ਜਾਂਦੀ ਹੈ ਜਿਹੜੀ ਦੇਹ ਨੇ ਟੁੱਕ ਦਿੰਦੀ ਸੀਗੀ, ਤੇ ਉੱਥੇ ਬਾਹਰ ਆ ਕੇ ਸਾਨੂੰ ਉਹ ਬੇਬੇ ਯਾਦ ਆਉਂਦੀ ਆ ਜਿਹਦੇ ਹੱਥੋਂ ਦੇਹ ਦਾ ਟੁੱਕ ਆ ਕੇ ਸਰਸ਼ਾਰ ਹੋ ਜਾਂਦਾ ਸੀਗਾ। ਮੈਂ 7 ਜੂਨ ਨੂੰ ਸ਼ਾਮ ਟੋਰੋਂਟੋ ਚ ਦਾਖਲ ਹੋਇਆ ਤੇ ਖਬਰਾਂ ਆਪਾਂ ਸੋਸ਼ਲ ਮੀਡੀਆ ਤੇ ਹਰ ਰੋਜ਼ ਜਦੋਂ ਸਕਰੋਲ ਕਰਦੇ ਸੀ ਫੋਨ ਆਪਣਾ ਦੇਖਦੇ ਸੁਣਦੇ ਸੀਗੇ, ਤੇ ਉਦੋਂ ਸਾਡੇ ਲਈ ਇਹ ਕੁਝ ਵੀ ਨਹੀਂ ਸੀ ਜਾਂ ਕੁਝ ਸੀ, ਲੇਕਿਨ ਜਦੋਂ ਮੈਂ ਟੋਰੋਂਟੋ ਚ ਲੈਂਡ ਹੋਇਆ ਤੇ ਏਅਰਪੋਰਟ ਰੋਡ ਤੋਂ ਲੰਘਿਆ ਤੇ ਮੈਨੂੰ ਲਿਫਟ ਦੇ ਵਾਲਾ ਮੇਰਾ ਰਿਸ਼ਤੇਦਾਰ ਅਵਤਾਰ ਸਿੰਘ, ਉਹਨੇ ਦੱਸਿਆ ਵੀ ਮੇਰਾ ਉਹ ਇਸੇ ਤੋਂ ਮਾਮਾ ਭਾਣਜਾ ਲੱਗਦਾ, ਤੇ ਮਾਮਾ ਜੀ ਕਹਿੰਦਾ ਵੀ ਇੱਥੇ ਉਹ ਨੌਜਵਾਨ ਬੈਠੇ ਆ ਜਿਹੜੇ ਆਪਣੇ ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ ਆ, ਤੇ ਉਹ ਰਾਤ ਮੈਂ ਕਿਵੇਂ ਕੱਢੀ ਹੈ ਮੈਂ ਜਾਣਦਾ ਜਾਂ ਮੇਰਾ ਰੱਬ, ਕਰ ਮੈਂ ਸ਼ਾਇਦ ਕੁਝ ਵੀ ਨਹੀਂ ਸਕਦਾ ਸੀਗਾ, ਕੀਤਾ ਹੈ ਕੁਝ, ਉਹਦਾ ਅਸਰ ਕੀ ਆ ਇਹ ਤਾਂ ਸਰੋਤੇ ਦੱਸਣਗੇ। ਸਵੇਰੇ ਉੱਠੇ, ਚਾਹ ਦਾ ਕੱਪ ਪੀਤਾ ਤੇ ਲੱਕੀ ਉਹ ਨੌਜਵਾਨ ਵਿਹਲਾ ਸੀਗਾ, ਉਹਨੂੰ ਲੈ ਕੇ ਮੈਂ ਉਹ ਜਗ੍ਹਾ ਤੇ ਗਿਆ। ਲੰਘਦਿਆਂ ਲੰਘਾਉਂਦਿਆਂ ਮੈਨੂੰ ਉਹ ਨੌਜਵਾਨ ਮਿਲੇ, ਜਦੋਂ ਕਿ ਉਸ ਮੌਕੇ ਉਹ 20-25 ਦੇ ਦੌਰਾਨ ਸੀਗੇ, ਖੈਰ ਛੋਟੀ ਮੋਟੀਆਂ ਗੱਲਾਂ ਬਾਤਾਂ ਕੀਤੀਆਂ। ਇਹ ਨੌਜਵਾਨ ਲਵਪ੍ਰੀਤ ਜਿਹੜਾ, ਇਹਦੇ ਨਾਲ ਮੇਰੀ ਗੱਲਬਾਤ ਹੋਈ ਆ, ਜਿਹਦੀ ਕਿ 13 ਤਰੀਕ ਦੀ ਪੰਜਾਬ ਵਾਪਸੀ ਦੇ ਹੁਕਮ ਆਏ ਸੀਗੇ। ਗੱਲਬਾਤ ਕਰਨ ਤੋਂ ਬਾਅਦ ਕੁਝ ਲਿੰਕ ਉੱਥੋਂ ਲਏ ਤੇ ਫਿਰ ਉਹਨੂੰ ਰਿਕੁਐਸਟ ਕੀਤੀ ਇਹਦੇ ਬਾਰੇ ਚ ਮੈਨੂੰ ਹੋਰ ਜਾਣਕਾਰੀ ਦੇ। ਉਹ ਲੋਕ ਜਿਹੜੇ ਇੱਥੇ ਦੇ ਸਰਕਾਰੀ ਜਾਂ ਕਹਿ ਲਓ ਵੀ ਨੁਮਾਇੰਦੇ ਲੀਡਰ, ਧਾਰਮਿਕ ਜਥੇਬੰਦੀਆਂ ਦੇ ਲੀਡਰ, ਲੋਕਲ ਦਰਦੀ, ਜੋ ਵੀ ਉਹਦੇ ਜ਼ਿਹਨ ਚ ਆਇਆ, ਉਹਨੇ ਮੈਨੂੰ ਕੰਟੈਕਟ ਨੰਬਰ ਦਿੱਤੇ ਤੇ ਨਾਲ ਹੀ ਕਿਹਾ ਕਿ ਸ਼ਾਮ ਨੂੰ ਰਸ ਜ਼ਿਆਦਾ ਹੁੰਦਾ। ਖੈਰ ਮੈਨੂੰ ਸ਼ਾਮ ਦੇਖਣੀ ਵੀ ਬਹੁਤ ਵਧੀਆ ਰਿਸੀਵ ਹੋਈ, ਕਿਉਂਕਿ ਉਸ ਮੌਕੇ ਕਿਹੋ ਜਿਹਾ ਪ੍ਰੋਗਰਾਮ ਸੀਗਾ, ਉਹ ਕਿਸੇ ਮੇਲੇ ਨਾਲ ਘੱਟ ਰਹੇ ਸੀਗਾ, ਲਗਭਗ 1500 ਤੋਂ 2000 ਤੱਕ ਉੱਥੇ ਜਿੱਥੇ ਬੱਚੇ ਸੀਗੇ ਉੱਥੇ ਸਮਾਜ ਸੇਵੀ ਔਰ ਉਹ ਲੋਕ ਵੀ ਸੀਗੇ ਜਿਹੜੇ ਅੱਜ ਤੋਂ 10-12 ਜਾਂ 15 ਸਾਲ ਪਹਿਲਾਂ ਐਜ਼ ਏ ਸਟੂਡੈਂਟ ਆਏ ਸੀਗੇ, ਲੇਕਿਨ ਉਹ ਪੱਕੇ ਤੌਰ ਤੇ ਵੱਸ ਰਹੇ। ਜਦੋਂ ਉਹਨਾਂ ਨੂੰ ਪੁੱਛਿਆ ਵੀ ਤੂੰ ਭਾਈ ਇੱਕ 30-35 ਸਾਲ ਦਾ ਨੌਜਵਾਨ ਜਿਹੜਾ ਮਾਈਕ ਲੈ ਕੇ ਰੋਡ ਤੇ ਖੜਾ ਅਨਾਊਂਸਮੈਂਟ ਕਰ ਰਿਹਾ ਸੀਗਾ, ਤੇ ਉਸ ਅਨਾਊਂਸਮੈਂਟ ਨੂੰ ਸੁਣ ਕੇ ਟਰੱਕ ਡਰਾਈਵਰ, ਕਾਰ ਡਰਾਈਵਰ ਹਾਰਨ ਮਾਰਦੇ ਸੀਗੇ, ਭਾਵ ਉਹ ਰੁਕ ਤਾਂ ਨਹੀਂ ਸਕਦੇ ਲੇਕਿਨ ਆਪਣੀ ਸਹਿਮਤੀ ਸਹਿਯੋਗ ਦਿੰਦੇ ਨਜ਼ਰ ਆਏ, ਤੇ ਮੈਂ ਮਹਿਸੂਸ ਕੀਤਾ ਵੀ ਇਹ ਤੇ ਬਹੁਤ ਵੱਡਾ ਹੰਗਾਮਾ। ਖੈਰ ਪ੍ਰੋਗਰਾਮ ਸਮਾਪਤ ਹੋਇਆ, ਸਮਾਪਤ ਹੋਣ ਤੋਂ
ਨਹੀਂ ਮੈਂ ਇੱਕ ਲੇਡੀ ਜਿਹਦਾ ਨਾਂ ਜੈਨੀ, ਚਾਈਨੀ ਮੂਲ ਦੀ ਲੇਡੀ ਉਹ, ਜੈਨੀ ਉਹਦੇ ਨਾਲ ਕਵਾਂਗ, ਉਹਨੇ, ਜੈਨੀ ਹਾਂ ਕਵਾਂਗ। ਹਾਂਜੀ ਹਾਂਜੀ, ਮੈਂ ਦੂਜਾ ਨਾਂ ਉਹਦਾ ਵਿਸਰ ਗਿਆ। ਹਾਂਜੀ ਮੈਂ ਵੇਖਿਆ ਵੀ ਇਹ ਕੋਈ ਖਾਸ ਸਰਕਾਰ ਦਾ ਲੇਡੀ ਲੱਗਦੀ ਹੈ, ਤੇ ਉਹਨਾਂ ਦੀਆਂ ਗੱਲਾਂ ਬਾਤਾਂ ਪੂਰੇ ਪਰੇ ਹੋ ਰਹੀ ਸੀ, ਤੇ ਮੈਂ ਸੁਣਨ ਤੋਂ ਬਾਅਦ ਹਾਂਜੀ ਉਹਨੂੰ ਜਦੋਂ ਪੁੱਲ ਕੀਤਾ, ਉਹ ਮੈਨੂੰ ਕਾਰਡ ਦਿੱਤਾ, ਮੈਂ ਆਪਣਾ ਕਾਰਡ ਉਹਨੂੰ ਦਿਖਾਇਆ, ਤੇ ਉਹ ਮੇਰੇ ਨਾਲ ਗੱਲ ਕਰਨ ਲਈ ਉਤਾਵਲੀ ਸੀ, ਤੇ ਮੈਂ ਉਹਦੇ ਨਾਲ ਗੱਲ ਕਰਨ ਲਈ ਉਤਾਵਲਾ ਸੀਗਾ। ਖੈਰ ਉਹ ਕਹਿੰਦੀ ਵੀ ਜਿਹੜੀ ਗੱਲ ਤੂੰ ਮੈਨੂੰ ਪੁੱਛਣੀ ਆ, ਮੈਂ ਹੁਣੇ ਮਾਈਕ ਤੇ ਉਹ ਸਮੂਹ ਸਰੋਤਿਆਂ ਦੇ ਸਨਮੁਖ ਹੋ ਜਾਣਾ, ਤੂੰ ਸੁਣ ਲਈ। ਤੁਸੀਂ ਗਰਜਰ ਸਾਹਿਬ ਜਿਹੜੀ ਵੈਨਕੂਵਰ ਈਸਟ ਤੋਂ ਮੈਂਬਰ ਪਾਰਲੀਮੈਂਟ ਜੈਨੀ ਕਵਾਨਾ, ਉਹਦਾ ਜ਼ਿਕਰ ਕਰ ਰਹੇ ਹੋ? ਬਿਲਕੁਲ ਜੀ ਬਿਲਕੁਲ, ਮੇਰੀ ਹੱਦ ਹੈਰਾਨੀ ਦੀ ਉਦੋਂ ਹੋਈ ਜਦੋਂ ਮੈਂ ਦੇਖਿਆ ਵੀ ਵੈਨਕੂਵਰ ਦਾ ਤੇ ਟੋਰਾਂਟੋ ਦਾ ਫਾਸਲਾ 7-8 ਘੰਟੇ ਦੀ ਫਲਾਈਟ ਹੈਗੀ ਆ, ਉਹ ਇੰਡੀ ਤੋਂ ਚੱਲ ਕੇ ਆਈ ਆ, ਕਿਉਂ ਨੀ ਇੱਥੇ ਦੇ MLA ਜਾਂ MP ਇਸ ਤਰੀਕੇ ਨਾਲ ਵਿਚਾਰੇ। ਖੈਰ ਉਹ ਜਦੋਂ ਮੈਂ ਆਪਣਾ ਕਾਰਡ ਦਿੱਤਾ ਤੇ ਗੱਲਾਂ ਬਾਤਾਂ ਹੋਈਆਂ, ਸੁਣੀਆਂ, ਉਹਦੀ ਰਿਕਾਰਡਿੰਗ ਵੀ ਕੀਤੀ, ਉਸ ਤੋਂ ਬਾਅਦ ਉੱਥੇ ਉਹਨੇ ਆਪਣਾ ਕਾਮ ਦਾ ਪਾਠ ਕਰਕੇ, ਅਰਦਾਸ ਕਰਕੇ ਲੰਗਰ ਵੀ ਵਰਤਾਇਆ। ਲੰਗਰ ਵਰਤਾਉਣ ਤੋਂ ਬਾਅਦ ਉਸ ਲੇਡੀ ਦਾ ਮੈਂ ਧੰਨਵਾਦ ਵੀ ਕੀਤਾ, ਤੇ ਉਹਦਾ ਕਾਰਡ ਜਿਹੜਾ ਮੇਰੇ ਕੋਲ, ਮੈਂ ਤੁਹਾਨੂੰ ਪੋਸਟ ਵੀ ਕੀਤਾ ਸੀਗਾ। ਮੈਨੂੰ ਪਰਸੋਂ, ਮੈਂ ਰਾਤ ਹੀ ਟੋਰਾਂਟੋ ਤੋਂ ਆਇਆ ਤੇ ਪਰਸੋਂ ਮੈਨੂੰ ਉਹਦਾ ਈਮੇਲ ਆਇਆ, ਉਸ ਈਮੇਲ ਦੇ ਜ਼ਰੀਏ ਉਹਨੇ ਸਾਡੀ ਪੰਜਾਬ ਤੇ ਸਰਕਾਰ ਭਾਰਤ ਸਰਕਾਰ ਨੂੰ ਅਵੇਅਰ ਕਰਨ ਲਈ ਇਹ ਈਮੇਲ ਕੀਤਾ। ਉਹ ਕਿਹਨੂੰ ਕਿਹਨੂੰ ਭੇਜਿਆ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ, ਲੇਕਿਨ ਮੈਂ ਆਪਣੇ ਬਲਬੂਤੇ ਉਹ ਪੰਜਾਬ ਦੇ ਸੋ ਕਾਲ ਲੀਡਰ ਜਿਹਨਾਂ ਨਾਲ ਮੇਰਾ ਰਾਬਤਾ ਹੈਗਾ, ਉਹਨਾਂ ਨੂੰ ਮੈਂ ਜ਼ਰੂਰ ਭੇਜਿਆ ਕਿ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਚ ਅੱਗੇ ਪਿੱਛੇ ਇਹਦੇ ਬਾਰੇ ਗੱਲ ਕਰੋ। ਉਹਦਾ ਸਾਰ ਚ ਇਹ ਨਿਕਲਦਾ ਕਿ ਜਿੰਨੇ ਪੰਜਾਬੀ ਮੂਲ ਦੇ ਨੌਜਵਾਨ ਠੱਗ ਹੋ ਕੇ ਜਾਂ ਠੱਗ ਹੋਣ ਲਈ ਬਾਹਰ ਆਉਂਦੇ ਆ, ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ। ਪੰਜਾਬ ਸਰਕਾਰ ਦਾ ਵੀ ਉਹਨਾਂ ਫਰਜ਼ ਬਣਦਾ ਜਿੰਨਾ ਬੱਚਿਆਂ ਦਾ ਤੇ ਬੱਚਿਆਂ ਦੇ ਪੇਰੈਂਟਸ ਦਾ। ਮੈਂ ਸਮਝਦਾ ਉਸ ਲੇਡੀ ਦੀ ਉਮਰ ਵੱਡੀ ਹੋਵੇ, ਉਹਨੇ ਇਹ ਗੱਲ ਚੁੱਕੀ ਹੈ, ਤੇ ਇਹ ਗੱਲ ਹਾਲੇ ਤੱਕ ਮੈਨੂੰ ਕਿਸੇ ਹੋਰ ਪੱਖੋਂ ਸਾਡੇ ਭਾਰਤੀ ਮੂਲ ਦੇ ਕਿਸੇ MLA ਜਾਂ MP ਵੱਲੋਂ ਸਾਹਮਣੇ ਨਹੀਂ ਆਈ, ਹਾਲਾਂਕਿ ਇਹ ਗੱਲ ਜੱਗ ਜ਼ਾਹਰ ਹੋ ਚੁੱਕੀ ਆ। ਮੈਂ ਸਮਝਦਾ MLA MP ਉਹਦਾ ਉੱਥੇ ਜਾਣਾ ਜ਼ਰੂਰੀ ਨਹੀਂ ਹੈਗਾ, ਇਹ ਹਵਾ ਚੋਂ ਇਹ ਗੱਲ ਫੜ ਕੇ ਉਹਨਾਂ ਨੂੰ ਆਪਣੇ ਬਲਬੂਤੇ, ਆਪਣੇ ਵਿਧਾਨ ਸਭਾ ਜਾਂ ਰਾਜ ਸਭਾ ਜਾਂ ਪਾਰਲੀਮੈਂਟ ਚ ਗੱਲ ਉਠਾਉਣੀ ਚਾਹੀਦੀ ਆ। ਕਾਰਨ ਕੀ ਹੈਗੇ ਇਹਦੇ ਬਾਰੇ ਮੈਂ ਉਹਨਾਂ ਨੇ ਇਸ ਮੌਕੇ ਦੋਸ਼ੀ ਨਹੀਂ ਸਮਝਦਾ, ਪਰ ਜੇ ਕਿਸੇ ਤਰੀਕੇ ਨਾਲ ਕਿਸੇ MLA ਜਾਂ MP ਦੀ ਕੋਈ ਵਿਚਾਰਧਾਰਾ ਜਾਂ ਕੋਈ ਗੱਲਬਾਤ ਸਾਹਮਣੇ ਨਾ ਆਏ, ਤਾਂ ਮੈਂ ਸਮਝਦਾ ਉਹ ਓਨਾ ਹੀ ਦੋਸ਼ੀ ਹੈ ਜਿੰਨੇ ਉਹਨਾਂ ਬੱਚਿਆਂ ਨੂੰ ਡਿਪੋਰਟ ਕਰਨ ਵਾਲੇ ਦੋਸ਼ੀ ਹੈਗੇ। ਗਰਜਾ ਸਾਹਿਬ, ਜਿਹੜੀ ਉਸ ਜੈਨੀ ਕਵਾਨ ਵੱਲੋਂ ਮੈਂਬਰ ਪਾਰਲੀਮੈਂਟ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਹੈ ਨਾ, ਉਹ ਅਸਲ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਆ ਉਹਨੂੰ ਸੰਬੋਧਿਤ ਹੋ ਕੇ ਲਿਖੀ ਗਈ ਹੈ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਉਹ ਚਿੱਠੀ ਸਾਡੇ ਪੰਜ ਦਰਿਆ ਦੇ ਦਰਸ਼ਕਾਂ ਦੇ ਨਾਲ ਵੀ ਸਾਂਝੀ ਕੀਤੀ ਹੈ, ਤੇ ਅਸੀਂ ਸਕਰੀਨ ਦੇ ਉੱਤੇ ਵੀ ਸਾਡੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਕਿਵੇਂ ਜੈਨੀ ਕਵਾਨ ਨੇ ਆਪਣੇ ਮਿਨਿਸਟਰ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਹੜੇ ਬੱਚਿਆਂ ਤੇ ਤਲਵਾਰ ਲਟਕ ਰਹੀ ਹੈ ਉਹਨਾਂ ਦਾ ਇੱਥੇ ਵਸੇਵੇ ਦਾ ਪ੍ਰਬੰਧ ਕੀਤਾ ਜਾਵੇ, ਉਹਨਾਂ ਨੂੰ ਇੱਥੋਂ ਦੀ ਸਿਟੀਜ਼ਨਸ਼ਿਪ ਜਾਂ ਇੱਥੇ ਰਹਿਣ ਦਾ ਅਧਿਕਾਰ ਦਿੱਤਾ ਜਾਵੇ। ਤੁਸੀਂ ਸੋਚਣ ਵਾਲੀ ਗੱਲ ਇਹ ਹੈ ਕਿ ਜੈਨੀ ਦਾ ਸਾਡੇ ਪੰਜਾਬੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਪਰ ਇਹਨੂੰ ਇਨਸਾਨੀਅਤ ਇਹਨੂੰ ਹੀ ਕਹਿੰਦੇ ਆ ਕਿ ਇੱਕ ਵਿਦਿਆਰਥੀਆਂ ਵਜੋਂ ਇਸ ਮੁਲਕ ਦੇ ਵਿੱਚ ਆਏ ਆ, ਉਹ ਸਮਝਦੀ ਹੈ ਕਿ ਸਾਨੂੰ ਤਿਆਰ ਕੀਤੇ ਹੋਏ ਨਿਪੁੰਨ ਨਾਗਰਿਕ ਮਿਲ ਰਹੇ ਆ, ਤੇ ਜਦੋਂ ਉਹਨਾਂ ਨੂੰ ਇੱਥੋਂ ਕੱਢਾਂਗੇ ਤੇ ਉਹ ਵਿਚਾਰੇ ਜ਼ੀਰੋ ਤੋਂ ਸ਼ੁਰੂ ਹੋ ਕੇ ਇੱਧਰ ਨੂੰ ਆਏ ਸੀ, ਦੁਬਾਰਾ ਫਿਰ ਜ਼ੀਰੋ ਤੇ ਜਾ ਵੜਨਗੇ। ਇਸੇ ਦਰਦ ਨੇ ਉਹਨੂੰ ਇਹ ਚਿੱਠੀ ਲਿਖਣ ਲਈ ਮਜਬੂਰ ਕੀਤਾ, ਤੇ ਮੈਂ ਕਹਿੰਦਾ ਵੀ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਉਸ ਬੀਬੀ ਦੇ ਨਾਲ ਰਾਬਤਾ ਕੀਤਾ, ਉਸ ਗੱਲਬਾਤ ਨੂੰ ਤੁਸੀਂ ਹੋਰ ਜਿਹੜੇ ਸੱਜਣਾ ਸਾਡੇ, ਚਾਹੇ ਉਹ MP ਆ MLA ਆ, ਉਹਨਾਂ ਤੱਕ ਤੁਸੀਂ ਸਾਂਝੀ ਕਰ ਰਹੇ ਹੋ। ਤੇ ਮੈਂ ਕਹਿੰਦਾ ਕਿ ਇਹ ਇਕੱਲੀ ਸਾਡੇ ਪੰਜਾਬ ਵਾਲਿਆਂ ਤੱਕ ਹੀ ਨਹੀਂ, ਕਿਉਂਕਿ ਵਿਦਿਆਰਥੀ ਤਾਂ ਵਿਦਿਆਰਥੀ ਹੋ, ਚਾਹੇ ਕੈਨੇਡਾ ਚਾਹੇ UK ਚ, ਇਹ ਕਿਤੇ ਵੀ ਸਮੱਸਿਆ ਆ ਸਕਦੀ ਹੈ, ਤੇ ਅਸੀਂ ਇੱਕ ਗੇਜ ਪਾਉਣ ਦੀ ਲੋੜ ਆ। ਤੁਸੀਂ ਕੀ ਸਮਝਦੇ ਹੋ ਕਿ ਜਿਹੜੇ UK ਦੇ ਵਿੱਚ ਸਾਡੇ ਆਪਣੇ ਕੌਂਸਲਰ ਜਾਂ MP ਜਾਂ ਅਸੈਂਬਲੀ ਮੈਂਬਰ ਬਣੇ ਆ, ਉਹਨਾਂ ਨੂੰ ਵੀ ਆਪਣੀ ਆਵਾਜ਼ ਦੇ ਵਿੱਚ ਉਹ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ ਕਿ ਨਹੀਂ? ਦੇਖੋ ਮੈਂ ਇਹ ਬੇਨਤੀ ਕਰਦਾ ਦੁਬਾਰਾ ਫਿਰ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਸ ਲੇਡੀ ਨੇ MP ਨੇ ਇਨਸਾਨੀਅਤ ਤੌਰ ਤੇ, ਕੀ ਇਹ ਇਨਸਾਨੀਅਤ ਕੱਲੀ ਉਸ ਲੇਡੀ ਦੇ ਹਿੱਸੇ ਆਈ ਆ? ਮੈਂ ਉਹੀ ਗੱਲ ਕਰ ਰਿਹਾ, ਇਨਸਾਨੀਅਤ ਕੋਈ ਗਿਆਨ ਨਹੀਂ। ਜੀ ਜੀ ਜੀ, ਜੇ ਉਹ ਹਵਾ ਚੋਂ ਫੜ ਕੇ ਗੱਲ ਉੱਥੇ ਆ ਸਕਦੀ ਆ, ਤੇ ਕੀ ਭਾਰਤੀ ਮੂਲ ਦੇ ਜਿਹੜੇ MP MLA ਹੈਗੇ ਆ ਉਹ ਕਿਤੇ ਵੀ ਵਸਦੇ ਆ? ਬਿਲਕੁਲ, ਮੈਂ ਤੁਹਾਡੀ ਗੱਲ ਦੇ ਵਿੱਚੋਂ ਗੱਲ ਕਿ ਮੰਨ ਲਓ ਕਿ ਕੋਈ ਗੁਰਦੇਵ ਸਿੰਘ ਮੁੱਲਾਪੁਰ ਪਿੰਡ ਦਾ ਡਰਾਈਵਰ ਆ, ਉੱਥੇ ਟਰੱਕ ਚਲਾਉਂਦਾ ਉਦਾਹਰਨ ਵਜੋਂ, ਤੇ ਉਹ ਲੰਘਿਆ ਜਾਂਦਾ ਜੇ ਹਾਰਨ ਮਾਰ ਗਿਆ, ਉਹ ਕਿਹੜਾ ਕਿਸੇ ਦੇ ਡਾਂਗ ਮਾਰ ਗਿਆ, ਆਪਦੀ ਸਹਿਮਤੀ ਦੇ ਕੇ ਗਿਆ ਵੀ ਹਾਂ ਮੈਂ ਇਹਨਾਂ ਦੇ ਪੱਖ ਚ ਹਾਂ? ਬਿਲਕੁਲ, ਉਹਨਾਂ ਨੂੰ ਬੱਚਿਆਂ ਨੂੰ ਕਿੰਨਾ ਹੌਸਲਾ ਹੋਊਗਾ। ਮੈਂ ਦੱਸ ਰਿਹਾ ਕਿ ਮੈਂ ਉੱਥੇ ਖੜਾ ਸੀਗਾ, ਮੈਂ ਅਹਿਸਾਸ ਕੀਤਾ ਵੀ ਕਾਸ਼ ਕਿ ਮੇਰਾ ਟਰੱਕ ਵੀ ਹੁੰਦਾ, ਮੈਂ ਵੀ ਕੋਲ ਚ ਲੰਘਦਾ, ਮੈਂ ਐਵੇਂ ਹੀ ਕਰਦਾ,
ਬਟ ਮੈਂ ਸ਼ਾਇਦ ਉਹਨੂੰ ਵੱਡੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਬੱਚਿਆਂ ਨੂੰ ਮਿਲਿਆ। ਔਰ ਮੈਂ ਇੱਥੇ ਵੀ ਦੇਖਿਆ ਕਿ ਇਹ ਵੀ ਦੇਖਿਆ ਕਿ ਉੱਥੇ ਦੇ ਬੱਚੇ ਜਿਹੜੇ ਆ ਕੋਈ ਲੈਟਰ ਪੈਡ ਤੇ ਕੋਈ ਪੇਪਰ ਚੱਕ ਛੱਡਦੇ ਸੀਗੇ ਜਿਹੜੇ ਕਿ ਉਹਨਾਂ ਨੇ ਸਪਲਾਈ ਕੀਤੇ ਵੰਡੇ ਆ ਉੱਥੇ ਦੀਆਂ ਜਥੇਬੰਦੀਆਂ ਨੇ ਜਾਂ ਸਰਕਾਰੀ ਅਫਸਰਾਂ ਨੇ ਜਾਂ ਸਰਕਾਰੀ ਐਂਗਲ ਤੋਂ ਕਿ ਤੁਸੀਂ ਹਰ ਉਹ ਬੱਚਾ ਜਿਹੜਾ ਇਸ ਮੁਸ਼ਕਲ ਨੂੰ ਸਾਹਮਣਾ ਕਰ ਰਿਹਾ ਉਹ ਆਪਣੀ ਬਕਾਇਦਾ ਡਿਟੇਲ ਤੇ ਭਰ ਕੇ ਪਾਵੇ ਤਾਂ ਕਿ ਅਸੀਂ ਹਰ ਬੰਦੇ ਦੇ ਹਰ ਬੱਚੇ ਦੇ ਜਿਹੜੇ ਪੇਪਰ ਹੈ ਡਾਕੂਮੈਂਟ ਹੈ ਜਿਹੜੇ ਉਹ ਲੱਭ ਸਕੀਏ ਕੌਣ ਕਿੱਥੇ ਖੜਾ ਤੇ ਕਿਹਦਾ ਕੇਸ ਕਿਵੇਂ ਹੈਗਾ। ਹਾਲ ਦੀ ਘੜੀ ਉਹ ਬੱਚੇ ਜਿਹੜੇ ਸਾਰੇ ਆ ਉਹ ਹੌਸਲੇ ਚ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਨਹੀਂ ਹੈਗਾ ਕਿ ਅਸੀਂ ਜੇ ਡਿਟੇਲ ਦਿੱਤੀ ਸਾਨੂੰ ਰਿਪੋਰਟ ਕੀਤਾ ਜਾਊਗਾ ਕਿਉਂਕਿ ਜਦੋਂ ਰਿਪੋਰਟ ਹੋਣੇ ਆ ਉਹ ਕਿਤੇ ਮੁੱਕ ਵੀ ਹੋ ਸਕਦੇ ਆ, ਕੁਛ ਵੀ ਕਿਸੇ ਮੌਕੇ ਹੋ ਸਕਦਾ, ਪਰ ਹਾਲ ਦੀ ਘੜੀ ਉਹਨਾਂ ਤੇ ਡਿਪੋਰਟੇਸ਼ਨ ਦਾ ਜਿਹੜਾ ਖਦਸ਼ਾ ਆ ਉਹ ਟਲ ਗਿਆ। ਔਰ ਇਹਦੇ ਸੰਬੰਧ ਚ ਤੁਹਾਡੇ ਇਸ ਚੈਨਲ ਦੇ ਤੁਹਾਡੀ ਇਸ ਸਾਰੀ ਕਾਰਪਸ ਦੇ ਜ਼ਰੀਏ ਗੱਲ ਦੁਨੀਆਂ ਭਰ ਦੇ ਪੰਜਾਬੀਆਂ ਦੁਨੀਆਂ ਭਰ ਦੇ ਦਰਦਮੰਦ ਲੋਕਾਂ ਕੋਲ ਜਾਣੀ ਚਾਹੀਦੀ ਆ ਤੇ ਇਹ ਆਵਾਜ਼ ਬੁਲੰਦ ਹੋ ਕੇ ਅੱਗੇ ਜਾਵੇ ਤਾਂ ਫਿਰ ਉਹਦੇ ਦੂਰ ਨੇ ਜਿੱਦਣ ਉਹਨਾਂ ਬੱਚਿਆਂ ਨੂੰ ਹੌਸਲਾ ਤਾਂ ਇੱਕ ਪਾਸੇ ਉਹਨਾਂ ਨੂੰ ਪੱਕੀ ਰਹਿਸ਼ ਜਾਂ ਪੱਕੀ ਜਿਹੜੀ ਪਰਮਾਨੈਂਟ ਸਟੇ ਉੱਥੇ ਮਿਲੇ। ਜੀ ਗਰਚਾ ਸਾਹਿਬ ਤੁਸੀਂ ਅੱਜ ਸਾਡੇ ਨਾਲ ਇੱਕ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਸਾਂਝ ਪਾਈ ਆ, ਉਮੀਦ ਕਰਦੇ ਹਾਂ ਕਿ ਸਾਡੀ ਇਸ ਗੱਲਬਾਤ ਨੂੰ ਸਾਡੇ ਦਰਸ਼ਕ ਸਾਡੇ ਸਰੋਤੇ ਅੱਗੇ ਤੋਂ ਅੱਗੇ ਪਹੁੰਚਾਉਣਗੇ ਕਿਉਂਕਿ ਅਸੀਂ ਇੱਕ ਵੋਟ ਪਾਉਣ ਵਾਲਾ ਸੰਦ ਬਣ ਕੇ ਨਾ ਰਹੀਏ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਲਾਕੇ ਦੇ ਕੌਂਸਲਰ ਨੂੰ ਆਪਣੇ ਮੇਅਰ ਨੂੰ ਆਪਣੇ MLA ਨੂੰ ਆਪਣੇ MP ਨੂੰ, ਮੈਂ ਖਾਸ ਕਰਕੇ ਕੈਨੇਡਾ ਦੀ ਵੀ ਗੱਲ ਕਰਾਂ ਕਿਉਂਕਿ ਕੈਨੇਡਾ ਛੋਟਾ ਨਹੀਂ, ਜੇਕਰ ਤੁਸੀਂ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾ ਸਕਦੇ ਤਾਂ ਕਦੇ ਵੀ ਇਹੋ ਜਿਹੀ ਸਮੱਸਿਆ ਦੁਬਾਰਾ ਖੜੀ ਨਹੀਂ ਹੋਣੀ ਤੇ ਇਹਨਾਂ ਕਹਿੰਦਾ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ। ਬਹੁਤ ਬਹੁਤ ਧੰਨਵਾਦ ਗਰਚਾ ਸਾਹਿਬ, ਖੁਸ਼ੀ ਹੈ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਮੈਨੂੰ ਹੋਰ ਵੀ ਖੁਸ਼ੀ ਹੋਊਗੀ ਜਦੋਂ ਤੁਸੀਂ ਫੀਡਬੈਕ ਦਿਓਗੇ ਤੁਹਾਡੇ ਇਸ ਚੰਦ ਮਿੰਟਾਂ ਦੇ ਪ੍ਰੋਗਰਾਮ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੁਣਿਆ ਤੇ ਸਲਾਹਿਆ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ।